ਬੋੜ ਵਾਲੀਓ ਇਹ ਗੱਲ ਦੇ ਦੱਸੋ ਤੁਸੀਂ ਬੜੇ ਸਿਆਣੇ ਬਣੇ ਦਿਓ ਤੇ ਤੁਹਾਡੀ ਜਿਹੜੀ ਹਕੂਮਤ ਏ ਯਾਨੀ ਪੀਡੀਐਮ ਵਾਲੇ ਉਹ ਵੀ ਆਪਣੇ ਨੂੰ ਬੜਾ ਫੰਕਾਰ ਸਮਝਦੇ ਨੇ ਤੇ ਤੁਸੀਂ ਟਾਗੇ ਦੇ ਬਦੇ ਨਹੀਂ ਨਾ ਤੁਹਾਨੂੰ ਕਾਨੂੰਨ ਦਾ ਪਤਾ ਹੈ ਨਾ ਤੁਹਾਨੂੰ ਸਿਆਸਤ ਦਾ ਪਤਾ ਹੈ ਮੈਨੂੰ ਛੋਟੀ ਜੀ ਗੱਲ ਦੱਸੋ ਤੁਸੀਂ ਇਮਰਾਨ ਖਾਨ ਦੇ ਉੱਤੇ ਬੜੇ ਕੇਸ ਕੀਤੇ ਨੇ بڑے ਮੁਕਦਮੇ ਕੀਤੇ ਨੇ بڑے ਪਰਚੇ ਕਰਵਾਏ ਨੇ ਲੇਕਿਨ ਜਦੋਂ ਦਾ ਅਸਲ ਜੁਰਮ ਹੈ ਉਹਦੇ ਵੇਲੇ ਤੁਹਾਡਾ ਸਿਆਣੇ ਨਹੀਂ ਗਿਆ ਉਹ ਤੁਹਾਡੇ ਵੱਲ ਧਿਆਨ ਹੀ ਨਹੀਂ ਹੈਗਾ ਤੁਸੀਂ ਉਹਦੇ ਤੇ ਤੋਹੀਨੇ ਦਾਨ ਦਾ ਕੇਸ ਬਣਾਇਆ ਤੁਸੀਂ ਇਮਰਾਨਾ ਦੇ ਉੱਤੇ ਦਸ਼ਵ ਕਤੀ ਦਾ ਭਗੰਤੋਂ ਕਰਾਇਆ ਤੁਸੀਂ ਇਮਰਾਨ ਖਾਨ ਦੇ ਉੱਤੇ ਫਾਰਨਫੜੀ ਦਾ ਕੇਚ ਲਾਇਆ ਤੁਸੀਂ ਇਮਰਾਨਾ ਦੇ ਉੱਤੇ ਚੋਰੀ ਤੁਸ਼ਾਨ ਦਾ ਕੇਸ ਕਰਵਾਇਆ ਲੇਕਿਨ ਜਿਹੜਾ ਉਹਨੇ ਅਸਲ ਜੁਰਮ ਕੀਤਾ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਪਰਚਾ ਇਹ ਬੰਦ ਹੈ ਕਹਦਾ ਜਿਹੜੀ ਇਮਰਾਨਾ ਨੇ ਫਹਾਸ਼ੀ ਕੀਤੀ ਹੈ ਫਹਾਸ਼ੀ ਦਾ ਮੁਕਦਮਾ ਬੰਦਾ ਜੇ ਜਿੱਦੀ ਜ਼ਮਾਨਤ ਵੀ ਕੋਈ ਨਹੀਂ ਹੈਗੀ ਨਹੀਂ ਸਮਝ ਆਈ ਇਹ ਉਹਨੇ ਤੁਹਾਨੂੰ ਸਾਰੇ ਨੂੰ ਨੰਗਿਆਂ ਕਰ ਛੜਿਆ ਹੈ ਕੋਈ ਛੋਟਾ ਜੁਰਮ ਹੈ ਫੋਰੀ ਤੌਰ ਤੇ ਜਿਹੜਾ ਤੁਹਾਡਾ ਮੁਤਲਕਾ ਥਾਣਾ ਨਾ ਉੱਥੇ ਪਹੁੰਚੋ ਕੰਜਰੋ throop ਪਰਚਾ ਦੇਤੇ ਇਹ ਕੇਸ ਬੜਾ ਮਜ਼ਬੂਤ ਜੇ ਸਮਝ ਆਈ ਨਾ ਫਿਰ ਨਾ ਕਿਸੇ ਨੂੰ ਦੱਸਿਆ ਨਹੀਂ ਹੈਗਾ ਤਫਾ ਜੋ